ਸਰ ਕਿਸ ਸੰਬੰਧ ਵਿੱਚ ਜਿਹੜੀ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਕਿਉਂ ਸੱਦੀ? ਸਭ ਤੋਂ ਪਹਿਲਾਂ ਮੈਂ ਆਪਣੇ ਮੀਡੀਆ ਵਾਲੇ ਭਰਾਵਾਂ ਦਾ ਧੰਨਵਾਦ ਕਰਦਾ ਕਿ ਜਿਹੜੀ ਸਾਡੀ ਗੱਲ ਨੂੰ ਲੋਕਾਂ ਦੀ ਕਚਹਿਰੀ ਤੱਕ ਪਹੁੰਚਾਉਂਦੇ ਹੋ। ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਮ ਆਦਮੀ ਪਾਰਟੀ ਵੱਲੋਂ ਇਹ ਪੈਰਿਸ ਕਾਨਫਰੰਸ ਬੁਲਾਈ ਗਈ ਹੈ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਝੂਠੀ ਖਬਰ ਫੇਸਬੁੱਕ ਵਟਸਐਪ 'ਤੇ ਜਿਹੜੀ ਘੁੰਮ ਰਹੀ ਹੈ ਮੇਰੇ ਵੱਲੋਂ ਬਣਾ ਕੇ ਮੇਰੇ ਨਾਂ 'ਤੇ, ਨਾ ਕਿ ਮੈਂ ਕੋਈ ਇਹੋ ਜਿਹੀ ਖਬਰ ਜਾਂ ਕੋਈ ਇਹੋ ਜਿਹਾ ਬਿਆਨ ਦਿੱਤਾ ਅਤੇ ਨਾ ਕੋਈ ਕਿਸੇ ਪੱਤਰਕਾਰ ਭਰਾ ਨੇ ਲਗਾਇਆ, ਪਰ ਇੱਕ ਝੂਠੀ ਖਬਰ ਜਿਹੜੀ ਆ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਆ। ਇਸ ਸੰਬੰਧ ਦੇ ਵਿੱਚ ਮੈਂ ਅੱਜ ਇਹ ਪ੍ਰੈਸ ਕਾਨਫਰੰਸ ਜਿਹੜੀ ਆ ਬੁਲਾਈ। ਕਿਹੜੀ ਖਬਰ ਹੈ ਇਹ ਜੋ ਖਬਰ ਪੇਪਰ ਸਾਰਿਆਂ ਦੇ ਸਾਹਮਣੇ ਹੈ? ਇਹ ਖਬਰ ਹੈ ਜੀ ਜਿਹੜੀ ਫੇਕ ਤੌਰ 'ਤੇ ਬਣਾ ਕੇ ਲੋਕਾਂ ਦੇ ਵਿੱਚ ਕੁਝ ਸਰਾਰਤੀ ਅਨਸਰਾਂ ਵੱਲੋਂ ਦਰਸਾਈ ਜਾ ਰਹੀ ਹੈ, ਕਿਉਂਕਿ ਇਸ ਖਬਰ ਦੇ ਨਾਲ ਮੇਰਾ ਕੋਈ ਲੈਣ ਦੇਣ ਨਹੀਂ। ਆਮ ਆਦਮੀ ਪਾਰਟੀ ਜਿਸ ਦਿਨ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਸੇ ਦਿਨ ਤੋਂ ਕਿਸਾਨਾਂ ਦੇ ਨਾਲ, ਮਜ਼ਦੂਰਾਂ ਦੇ ਨਾਲ, ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ। ਕੁਝ ਸਰਾਰਤੀ ਅਨਸਰ ਬੁਖਲਾਹਟ ਵਿੱਚ ਆਣ ਕੇ, ਵਿਰੋਧੀ ਬੁਖਲਾਹਟ ਵਿੱਚ ਆਣ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਸਾਡੀ ਬਹੁਤ ਵੱਡਾ ਕਿਸਾਨ ਮਹਾਂਸੰਮੇਲਨ ਹੋਇਆ ਜਿਸ ਦਿਨ ਤੋਂ, ਉਸ ਦਿਨ ਤੋਂ ਇਹ ਬੁਖਲਾਹਟ ਵਿੱਚ ਆ ਗਏ ਆ ਅਤੇ ਇਹਨਾਂ ਦੀਆਂ ਕੁਝੀਆਂ ਹਰਕਤਾਂ 'ਤੇ ਆ ਗਿਆ ਕਿ ਇਹ ਦੇਖੋ ਜਿਹੜੀ ਅਖਬਾਰ ਦੇ ਵਿੱਚ ਐਡਿਟ ਕਰਕੇ, ਮੇਰੀ ਫੇਸਬੁੱਕ ਆਈ ਡੀ ਨੂੰ ਐਡਿਟ ਕਰਕੇ ਇੱਕ ਪੱਤਰਕਾਰ ਦੀ ਨਾਂ ਨੂੰ ਮਿਸਯੂਜ ਕਰਕੇ, ਹਾਲਾਂਕਿ ਉਹ ਪੱਤਰਕਾਰ ਵੀਰ ਸਾਡਾ ਇਸ ਪ੍ਰੈਸ ਦਾ ਪੱਤਰਕਾਰ ਵੀ ਨਹੀਂ ਹੈ, ਅਤੇ ਫੇਕ ਖਬਰ ਜਿਹੜੀ ਬਣਾ ਕੇ ਸੋਸ਼ਲ ਮੀਡੀਆ 'ਤੇ ਸਾਨੂੰ ਬਦਨਾਮ ਕਰਨ ਦੇ ਲਈ, ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਲੋਕਾਂ ਦੇ ਵਿੱਚ ਫੈਲਾਈ ਜਾ ਰਹੀ ਆ। ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ ਇਹ ਗੱਲ ਜਿਹੜੀ ਆ ਇਹਦਾ ਬਾਈਕਾਟ ਕਰਦਾ, ਨਿੰਦਾ ਕਰਦਾ ਇਸ ਗੱਲ ਦੀ ਕਿ ਇਹ ਜਿਹੜੀ ਫੇਕ ਖਬਰ ਆ ਇਹੋ ਜਿਹੀਆਂ ਫੇਕ ਖਬਰਾਂ ਨਾ ਬਣਾਈਆਂ ਜਾਣ। ਕੀ ਐਕਸ਼ਨ ਲਿਆ ਤੁਸੀਂ? ਐਕਸ਼ਨ ਡੀ ਐੱਸ ਪੀ ਬਾਬਾ ਬਕਾਲਾ, ਮਾਨਯੋਗ ਸਾਡੇ ਡੀ ਐੱਸ ਪੀ ਸਾਹਿਬ, ਉਹਨਾਂ ਨੂੰ ਆਪਾਂ ਲਿਖਤੀ ਰਿਪੋਰਟ ਜਿਹੜੀ ਆ ਇਹਦੀ ਦੇ ਕੇ ਆਏ ਹਾਂ ਕਿ ਇਸ ਨੂੰ ਪੜਤਾਲ ਕਰਕੇ, ਪੂਰੀ ਜਾਂਚ ਕਰਕੇ ਅਤੇ ਬਣਦੀ ਜਿਹੜੀ ਕਾਰਵਾਈ ਆ ਉੱਥੇ ਕੀਤੀ ਜਾਵੇ ਕਿ ਕਿਹੜੇ ਅਨਸਰ ਦੀ ਇਹ ਜਿਹੜੀ ਸ਼ੈਤਾਨੀ ਹੈ। ਸਾਈਬਰ ਕ੍ਰਾਈਮ ਨੂੰ ਜਿਹੜੀ ਅਸੀਂ ਆ ਰਿਪੋਰਟ ਦੇ ਚੁੱਕੇ ਹਾਂ ਕਿ ਇਹਦੀ ਬਣਦੀ ਜਿਹੜੀ ਕਾਰਵਾਈ ਆ ਉਹਨਾਂ ਦੋਸ਼ੀਆਂ 'ਤੇ ਕੀਤੀ ਜਾਵੇ ਜਿਨ੍ਹਾਂ ਨੇ ਇਹ ਕੁਝ ਹੀ ਹਰਕਤ ਕੀਤੀ ਹੈ। ਕੀ ਲੱਗਦਾ ਕਿਉਂ ਕੀਤੀ ਗਈ ਹੈ? ਆਮ ਆਦਮੀ ਪਾਰਟੀ ਦੀ ਮੈਂ ਪਹਿਲਾਂ ਦੱਸ ਚੁੱਕਿਆ ਕਿ ਚੜ੍ਹਾਈ ਨੂੰ ਦੇਖ ਕੇ ਆਉਣ ਵਾਲਾ ਸਮਾਂ, ਲੋਕ ਪਿੰਡਾਂ ਦੇ ਵਿੱਚ ਕਿਸਾਨ ਸਾਡੇ ਮਜ਼ਦੂਰ ਵੀਰ ਜਿਹੜੇ ਆ ਦਿਲੋਂ ਇਸ ਟਾਈਮ ਆਮ ਆਦਮੀ ਪਾਰਟੀ ਨੂੰ ਬਾਈ ਦੇ ਵਿੱਚ ਲਿਆਉਣਾ ਚਾਹੁੰਦੇ ਆ ਅਤੇ ਇਸੇ ਬੁਖਲਾਟ ਨੂੰ ਕਰਕੇ ਉਹ ਇਹ ਜਿਹੜੀਆਂ ਫੇਕ ਖਬਰਾਂ ਬਣਾਉਂਦੇ ਆ ਕਿ ਅਸੀਂ ਇਹਨਾਂ ਨੂੰ ਬਦਨਾਮ ਕੀਤਾ ਜਾਵੇ, ਆਮ ਆਦਮੀ ਪਾਰਟੀ ਨੂੰ ਬਦਨਾਮ ਕੀਤਾ ਜਾਵੇ। ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਖਬਰ ਬਾਰੇ? ਇਹ ਖਬਰ ਜਿਹੜੀ ਆ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਆ, ਸਾਨੂੰ ਸੋਸ਼ਲ ਮੀਡੀਆ ਤੋਂ ਹੀ ਇਹ ਪਤਾ ਚੱਲਿਆ, ਇਹ ਸੋਸ਼ਲ ਮੀਡੀਆ ਤੋਂ ਸਾਡੇ ਕੋਲ ਇਹ ਖਬਰ ਪਹੁੰਚੀ। ਕਹਿਣਾ ਚਾਹੁੰਦੇ ਤੁਹਾਡੇ ਨਾਮ ਤੋਂ ਖਬਰ? ਮੈਂ ਇਸ ਪ੍ਰਤੀ ਇਹ ਪ੍ਰਤੀਕਿਰਿਆ ਦੇਣਾ ਚਾਹੁੰਦਾ ਕਿ ਜਿਹੜੀ ਇਹ ਨਿਊਜ਼ ਲੱਗੀ ਆ, ਕਿਉਂਕਿ ਮੈਂ ਡੇਲੀ ਟੌਪ ਨਿਊਜ਼ ਦਾ ਪੱਤਰਕਾਰ ਹਾਂ ਖੁਦ, ਪਿਛਲੇ 2011 ਤੋਂ ਮੈਂ ਉਹਨਾਂ ਨਾਲ ਵਰਕ ਕਰ ਰਿਹਾ। ਜਿਹੜੀ ਇਹ ਅਖਬਾਰ ਦੀ ਕਟਿੰਗ ਆ ਪੰਜਾਬ ਟਾਈਮਸ, ਇਹਦਾ ਮੈਂ ਪੱਤਰਕਾਰ ਨਹੀਂ ਹਾਂ, ਨਾ ਹੀ ਕਦੀ ਨਿਊਜ਼ ਭੇਜੀ ਆ। ਕਿਸੇ ਸ਼ਰਾਰਤੀ ਅਨਸਰ ਨੇ ਉੱਪਰ ਮੇਰਾ ਨਾਮ ਪਾ ਕੇ, ਰਣਜੀਤ ਸਿੰਘ ਕੰਗ ਰਾਣਾ ਸਪੈਸ਼ਲੀ ਤੌਰ 'ਤੇ ਪਾ ਕੇ, ਜਦਕਿ ਰਾਣੇ ਦੇ ਨਾਂ 'ਤੇ ਮੇਰੀ ਕੋਈ ਨਿਊਜ਼ ਨਹੀਂ ਆਉਂਦੀ, ਮੇਰਾ ਮੋਬਾਈਲ ਨੰਬਰ ਪਾ ਕੇ ਇਹ ਅਖਬਾਰ ਦੀ ਕਟਿੰਗ 'ਤੇ ਵਾਇਰਲ ਕੀਤੀ ਜਾ ਰਹੀ ਹੈ। ਜਦਕਿ ਮੈਂ ਇਹਨਾਂ ਦੇ ਸੰਪਾਦਕ ਸਾਹਿਬ ਨਾਲ ਫੋਨ 'ਤੇ ਗੱਲ ਵੀ ਕੀਤੀ ਹੈ, ਬਰਾੜ ਸਾਹਿਬ ਨਾਲ ਗੱਲ ਹੋਈ ਹੈ, ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਇਹਨਾਂ ਦੀ ਖਬਰ ਆ ਕੋਈ ਵਾਇਰਲ ਨਹੀਂ ਕੀਤੀ ਗਈ। ਮੈਂ ਬੇਨਤੀ ਇਹ ਕਰਨਾ ਚਾਹੁੰਦਾ ਸ਼ਰਾਰਤੀ ਅਨਸਰਾਂ ਨੂੰ ਕਿ ਪੱਤਰਕਾਰੀ ਇੱਕ ਬਹੁਤ ਹੀ ਵੱਡਾ ਰੁਤਬਾ ਹੁੰਦਾ ਹੈ, ਸਾਡੇ ਪੱਤਰਕਾਰ ਭਾਈਚਾਰਿਆਂ ਦਾ, ਇੱਦਾਂ ਇਨਸਾਨਾਂ ਦਾ ਨਾਂ ਪਾ ਕੇ ਇਹਨਾਂ ਨੂੰ ਬਦਨਾਮ ਨਾ ਕੀਤਾ ਜਾਵੇ, ਕਿਉਂਕਿ ਇਹ ਮੁੱਦਾ ਉਠਾਉਣ ਵਾਲੀ ਆ ਇੱਕ ਚੀਜ਼, ਕਿਉਂਕਿ ਪੱਤਰਕਾਰ ਭਾਈਚਾਰਾ ਜਿਹੜਾ ਸਭ ਦੇ ਮੁੱਦੇ ਗਾੜੀ ਰੱਖਦਾ, ਸਾਡਾ ਕਿਸੇ ਵੀ ਪਾਰਟੀ ਨਾਲ ਕੋਈ ਰੰਜਿਸ਼ ਨਹੀਂ ਆ, ਕਿਉਂਕਿ ਅਸੀਂ ਸਾਫ਼ ਸੁਥਰੀਆਂ ਸਾਰੀਆਂ ਖਬਰਾਂ ਲਾਉਣੀਆਂ ਹੁੰਦੀਆਂ ਪੱਤਰਕਾਰਾਂ ਨੇ। ਕੋਈ ਵੀ ਵੀਰ
ਜਾਂ ਸ਼ਰਾਰਤੀ ਹਨ ਸਰ, ਇਸ ਤਰ੍ਹਾਂ ਦੀਆਂ ਕੋਈ ਜੀਆਂ ਹਰਕਤਾਂ ਨਾ ਕਰਨ। ਅਸੀਂ ਕੰਪਲੇਂਟ ਕੀਤੀ ਹੈ ਮਾਨਯੋਗ ਬਾਬਾ ਕਾਲ ਸਾਹਿਬ ਉਹ ਵਿਖੇ ਕੀਤੀ ਹੈ। 123 ਨੰਬਰ 'ਤੇ ਜਿਹੜੀ ਦਸਤੀ ਦਰਜ ਹੋ ਚੁੱਕੀ ਆ ਔਰ ਪੜਤਾਲ ਦੇ ਲਈ ਅੱਗੇ ਐਪਲੀਕੇਸ਼ਨ ਜਾ ਚੁੱਕੀ ਆ। ਪੜਤਾਲ ਕਰਨ ਤੋਂ ਬਾਅਦ ਜੋ ਵੀ ਨਤੀਜਾ ਸਾਹਮਣੇ ਆਏਗਾ ਉਹ ਤੁਹਾਡੇ ਤੱਕ ਪਹੁੰਚਦਾ ਕਰ ਦਿੱਤਾ ਜਾਊਗਾ ਜੀ।